ਪੰਜਾਬ ਦੇ ਕਿਸਾਨ ਸੰਗਠਨ ਨੇ ਇੱਕ ਵਾਰ ਫਿਰ ਤੋਂ ਦਿੱਲੀ ਜਾ ਕੇ ਕਿਸਾਨ ਦੀ MSP ਗਰੰਟੀ ਵਾਸਤੇ ਕੂਚ ਕਰਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਅੰਦਰ ਝੋਨੇ ਤੇ ਕਣਕ ਦੇ ਉੱਤੇ ਤਾਂ MSP ਗਰੰਟਿਡ ਹੈਗੀ। ਇੰਨੇ ਸਾਲਾਂ ਤੋਂ ਕਿਸਾਨ ਨੂੰ ਇੱਕ ਇੱਕ ਦਾਣਾ ਉਹਦਾ ਜਿਹੜਾ ਚਾਹੇ ਝੋਨਾ ਚਾਹੇ ਕਣਕ ਹੈ MSP ਤੇ ਚੱਕੀ ਜਾਂਦੀ ਹੈ। ਫਿਰ ਕੀ ਗੱਲ ਹੋਈ ਵੀ ਐਤਕੀ ਕਿਸਾਨ ਨੂੰ 200 ਰੁਪਈਏ ਤੋਂ ਲੈ ਕੇ 350-350 ਰੁਪਈਏ ਤਾਂ ਇਹਦੇ ਕੱਟ ਲੱਗੇ ਹੈ, ਕਿਉਂ ਨਹੀਂ ਆਹ ਜਿਹੜੇ ਅੱਜ ਕਾਂਗਰਸ ਦੇ MP ਦਿੱਲੀ ਜਾ ਕੇ ਲੋਕ ਸਭਾ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ, ਕਿਉਂ ਨਹੀਂ ਉਦੋਂ ਬੋਲੇ? ਇਹਨਾਂ ਦਾ ਨਹੀਂ ਸੀ ਫਰਜ਼ ਬਣਦਾ ਕਿਸਾਨ ਦੀ ਆਵਾਜ਼ ਚੱਕਦੇ? ਪਰ ਉਦੋਂ ਤਾਂ ਸਾਰੀ ਕਾਂਗਰਸ 2 ਸੀਟਾਂ ਦੇ ਉੱਤੇ ਇਲੈਕਸ਼ਨ ਲੜਨ ਨੂੰ ਆਪਣੇ ਆਪਣੇ ਉੱਥੇ ਜਿਹੜੇ ਵੱਡੇ ਕਾਂਗਰਸ ਦੇ ਲੀਡਰ ਹੈ ਉਹ ਆਪਣੇ ਆਪਣੇ ਲਾਂਗਰੀਆਂ ਦੀ ਸੀਟ ਬਚਾਉਣ ਨੂੰ ਉਹਨਾਂ ਦੀ ਜਾਨ ਬਚਾਉਣ ਨੂੰ ਉੱਥੇ ਲੱਗੇ ਸੀਗੇ। ਬਾਕੀ ਵੀ ਸਾਰੀ ਕਾਂਗਰਸ, ਅੱਧੀ ਕਾਂਗਰਸ ਉਹਨਾਂ ਨੂੰ ਦੋਵਾਂ ਨੂੰ ਜਿਤਾਉਣ ਵਾਸਤੇ, ਅੱਧੀ ਕਾਂਗਰਸ ਉਹਨਾਂ ਨੂੰ ਹਰਾਉਣ ਵਾਸਤੇ ਲੱਗੀ ਸੀਗੀ। ਕਿਸਾਨ ਦੀ ਆਵਾਜ਼ ਕਿਸੇ ਨੇ ਨਹੀਂ ਚੱਕੀ। ਕੇਂਦਰ ਸਰਕਾਰ ਨੇ MSP ਦੀ ਗਰੰਟੀ ਦੇ ਪੈਸੇ ਭੇਜ ਤੇ, ਕਿਸਾਨ ਨੂੰ ਨਹੀਂ ਮਿਲੇ। ਆਹ ਇਲਜ਼ਾਮ ਲੱਗਦਾ ਰਿਹਾ, ਕਹਿੰਦਾ ਕੇਂਦਰ ਨੇ ਇੱਥੋਂ ਚੌਲ ਚੱਕਿਆ ਨਹੀਂ ਇਸ ਕਰਕੇ ਜਗ੍ਹਾ ਨਹੀਂ। ਪਰ ਖੁਦ ਕਿਸਾਨ ਸੰਗਠਨਾਂ ਨੇ ਬਾਰ ਬਾਰ ਆ ਕਿਹਾ ਵੀ ਜੇ ਕਿਸਾਨ 200 ਰੁਪਈਏ ਦਾ ਕੱਟ ਦੇ ਦੇਵੇ, 300 ਰੁਪਈਏ ਦਾ ਕੱਟ ਦੇ ਦੇਵੇ, ਫਿਰ ਤਾਂ ਜਗ੍ਹਾ ਵੀ ਬਣ ਜਾਂਦੀ ਹੈ। ਸਾਥੀਓ, ਜਗ੍ਹਾ ਤਾਂ ਸੀਗੀ ਝੋਨਾ ਸਿੱਟਣ ਨੂੰ, ਪਰ ਆਵਾਜ਼ ਹੈ ਨਹੀਂ ਸੀ ਕੋਈ ਕਿਸਾਨ ਦੀ। ਕਿਸੇ ਨੇ ਕਿਸਾਨ ਦੀ ਆਵਾਜ਼ ਨਹੀਂ ਚੱਕੀ ਕਿਸੇ ਨੇ। ਅੱਜ ਪੰਜਾਬ ਨੂੰ ਸਭ ਤੋਂ ਵੱਡੀ ਲੋੜ ਹੈ ਪੰਜਾਬ ਦੀ ਆਵਾਜ਼ ਚੱਕਣ ਵਾਲੀ ਇੱਕ ਧਿਰ ਦੀ, ਜਿਹੜੀ ਪੰਜਾਬ ਦੀ ਆਵਾਜ਼ ਚੱਕ ਸਕੇ, ਚਾਹੇ ਉਹ ਮਜ਼ਦੂਰ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਵਪਾਰੀ ਹੈ, ਚਾਹੇ ਸ਼ਹਿਰੀ ਹੈ, ਚਾਹੇ ਪੇਂਡੂ ਹੈ, ਚਾਹੇ ਨੌਜਵਾਨ ਹੈ, ਚਾਹੇ ਸਾਡੀਆਂ ਭੈਣਾਂ ਬੀਬੀਆਂ ਨੇ, ਕੋਈ ਆਵਾਜ਼ ਚੱਕਣ ਵਾਲਾ ਹੈ ਨਹੀਂ। ਕਿਉਂਕਿ ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀ ਕਾਂਗਰਸ ਨੂੰ ਦਿੱਤੀ ਸੀਗੀ ਲੋਕਾਂ ਨੇ ਅਪੋਜੀਸ਼ਨ ਦੀ, ਉਹਨਾਂ 'ਤੇ ਗੋਡੇ ਟੇਕ ਰੱਖੇ ਹੈ। ਉਹ ਤਾਂ ਆਪਣੀ ਕਮਜ਼ੋਰੀਆਂ ਇੰਨੀਆਂ ਵੀ ਬੋਲ ਨਹੀਂ ਸਕਦੇ। ਅਤੇ ਜਿਹਨਾਂ ਕੋਲ ਪੈਸਾ ਆਇਆ ਸੀ ਕੇਂਦਰ ਸਰਕਾਰ ਤੋਂ ਆਮ ਆਦਮੀ ਪਾਰਟੀ, ਉਹਨਾਂ ਦੀ ਨੀਅਤ 'ਚ ਖੋਟ ਹੈ। ਜੇ ਦਿੱਲੀ 'ਚ ਉਹਨਾਂ ਨੇ ਘੁਟਾਲਾ ਕੀਤਾ ਸ਼ਰਾਬ ਦਾ, ਇੱਥੇ ਰੇਤ ਅਤੇ ਸ਼ਰਾਬ ਹੁਣ ਨਾਲ ਦੇ ਨਾਲ ਕੇਂਦਰ ਸਰਕਾਰ ਦੇ ਜਿਹੜੇ 45,000 ਕਰੋੜ ਰੁਪਈਏ ਉਹਦੇ ਵਿੱਚ ਵੀ 3-4,000 ਕਰੋੜ ਰੁਪਈਏ ਦਾ ਟਾਂਕਾ ਇਹਨਾਂ ਦੀ ਮਿਲੀ ਭਗਤ ਨਾਲ ਲੱਗਿਆ। ਅਤੇ ਲੱਗਿਆ ਕਿਹਦੀ, ਕਿਹਦੇ ਪਿੰਡੇ 'ਤੇ ਜਾ ਕੇ ਵੱਜਣੀ? ਵੱਜਣੀ ਜਾ ਕੇ ਕਿਸਾਨ ਦੇ ਪਿੰਡੇ 'ਤੇ। ਸਭ ਮੇਰਾ ਮੰਨਣਾ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਆਹ ਫੈਸਲਾ ਕਰਨਾ ਪਊਗਾ ਵੀ ਪੰਜਾਬ ਦੀ ਆਵਾਜ਼ ਚੱਕਣ ਵਾਸਤੇ ਇੱਕ ਮਜ਼ਬੂਤ ਧਿਰ ਦੀ ਲੋੜ ਹੈ। ਮੈਂ ਬਾਰ ਬਾਰ ਇਸ ਗੱਲ 'ਤੇ ਜ਼ੋਰ ਦਿੰਦਾ, ਕਿਉਂਕਿ ਅੱਜ ਜੇ ਕੋਈ ਆਵਾਜ਼ ਚੱਕਣ ਵਾਲਾ ਨਾ ਹੋਵੇ ਤਾਂ ਚੱਕਣੀਆਂ ਗਰੰਟੀਆਂ ਲੈ ਲਿਓ। ਪੈਸਾ ਜਿੱਥੇ ਜਿਹਦਾ ਬਣਦਾ ਹੱਕ, ਉਹਨੂੰ ਪੈਸਾ ਮਿਲਣਾ ਨਹੀਂ, ਕਿਉਂਕਿ ਇਹ ਜਿਹੜੇ ਲੀਡਰ ਅੱਗੇ ਕਰ ਰੱਖੇ ਹੈ, ਕਿਸੇ ਦੇ ਆਪ ਦੇ ਪਾਲਾ ਹੈ, ਕਿਸੇ ਦੀ ਵਾਢੀਆਂ ਦਾ ਰੌਲਾ ਹੈ, ਬੱਸਾਂ ਦੀ ਵਾਢੀਆਂ ਦਾ, ਕਿਸੇ ਦੇ ਸਹੁਰਿਆਂ ਦਾ ਰੌਲਾ ਹੈ, ਕਿਸੇ ਦੇ ਘਰੋਂ ਬਿਸਤਰਾਂ ਦੇ ਹੇਠੋਂ ਕਰੋੜੋਂ ਰੁਪਈਏ ਮਿਲਦੇ ਹੈ। ਉਹਨਾਂ ਨੇ ਆਵਾਜ਼ ਚੱਕਣ ਦੀ ਹਿੰਮਤ ਹੈ ਨਹੀਂ, ਅਤੇ ਇਹਨਾਂ ਦੀ ਨੀਅਤ ਖੋਟੀ ਹੈ ਆਮ ਆਦਮੀ ਪਾਰਟੀ ਦੀ। ਇਸ ਕਰਕੇ ਸਾਥੀਓ, ਮੇਰੀ ਬੇਨਤੀ ਹੈ ਵੀ ਕੋਈ ਕਾਇਮ ਹੋ, ਤਕੜੇ ਹੋ ਕੇ ਪੰਜਾਬ ਦੇ ਹੱਕਾਂ ਦੇ ਵਾਸਤੇ ਲੜਾਈ, ਹਰੇਕ ਵਰਗ ਦੀ ਲੜਾਈ ਲੜਨ ਦੀ ਕੋਈ ਆਵਾਜ਼ ਇੱਕ ਮਜ਼ਬੂਤ ਇੱਥੇ ਖੜੀ ਹੋਵੇ, ਤਾਂ ਕਿ ਇਹਨਾਂ ਦੋਨਾਂ ਦੇ ਆ ਜਿਹੜੀ ਮਿਲੀ ਭੁਗਤ ਹੈ ਇਹਨਾਂ ਦੀ, ਗੰਢ ਧੁੱਪ ਹੈ ਦੋਨਾਂ ਦੀ, ਉਹਨਾਂ ਦਾ ਚਿਹਰਾ ਬੇਨਕਾਬ ਕੀਤਾ ਜਾਵੇ। ਉਹਨਾਂ ਦੇ ਉੱਤੋਂ ਆ ਜਿਹੜਾ ਪਰਦਾ ਇਹਨਾਂ ਨੇ ਪਾ ਰੱਖਿਆ, ਕੋਈ ਕੱਟਰ ਇਮਾਨਦਾਰ ਦਾ, ਕੋਈ ਆਪਣੇ ਆਪ ਨੂੰ ਪੰਜਾਬ ਦੇ ਠੇਕੇਦਾਰ ਬਣੇ ਫਿਰਦੇ ਹੈ, ਉਹਨਾਂ ਸਾਰਿਆਂ ਨੂੰ ਬੇਨਕਾਬ ਕਰਨ ਦੀ ਲੋੜ ਹੈ। ਅਤੇ ਉਹਨਾਂ ਨੂੰ ਬੇਨਕਾਬ ਕਰ ਦਿਆਂਗੇ ਤਾਂ ਮੈਂ ਸਮਝਦਾ ਵੀ ਸ਼ਹੀਦ ਭਗਤ ਸਿੰਘ ਦੀ ਆਤਮਾ ਨੂੰ ਵੈਸੇ ਵੀ ਸ਼ਾਂਤੀ ਮਿਲ ਜੂਗੀ। ਅੱਜ ਬੇਨਕਾਬ ਇਹਨਾਂ ਨੂੰ ਕਰਨ ਦੀ ਲੋੜ ਹੈ। ਵੈਸੇ ਤਾਂ ਜਦੋਂ ਅੱਜ ਕਿਸਾਨ ਸੰਗਠਨ ਚੱਲੇ ਹੈ, ਉੱਧਰ ਤਿਆਰੀ ਕਰੀ ਜਾਂਦੇ ਹੈ, ਤਾਂ ਮੈਂ ਕਹਿੰਦਾ ਉੱਥੇ ਜਾਣ ਤੋਂ ਪਹਿਲਾਂ ਅਜੇ ਵੀ 6 ਦਿਨ ਪਏ ਹੈ, ਪਹਿਲਾਂ ਇਹਨਾਂ ਨੂੰ ਘੇਰ ਕੇ ਆਹ ਜਿਹੜੀ ਠੱਗੀ ਕੀਤੀ ਹੈ ਗਰੰਟਿਡ MSP ਦੀ, ਉਹਦਾ ਹਿਸਾਬ ਤਾਂ ਲੈ ਲਈਏ। ਉਹਦੇ ਬਾਅਦ ਦਿੱਲੀ ਵੀ ਜਾ ਵੜੇ, ਹੁਣ ਤਾਂ ਰਸਤੇ ਸਾਰੇ ਖੁੱਲ੍ਹੇ ਖੋਲ੍ਹ ਰਹੇ, ਤੁਹਾਨੂੰ ਉੱਥੇ ਜਾਣ 'ਤੇ ਵੀ ਇਜਾਜ਼ਤ ਹੈ, ਗੱਲਬਾਤ ਨਾਲ ਉਹਦੇ ਮਸਲੇ ਵੀ ਹੱਲ ਹੋਣਗੇ। ਪਰ
ਕਈ ਵਾਰੀ ਜੇ ਨਹੀਂ ਇਹਨਾਂ ਦਾ ਕਰਨਾ ਤਾਂ ਫਿਰ ਕਿਉਂਕਿ ਪੈਸਾ ਕੇਂਦਰ ਦਾ, ਕਈ ਵਾਰੀ ਤਾਂ ਮੇਰੇ ਜੀਅ 'ਚ ਆਉਂਦਾ ਵੀ ਪ੍ਰਧਾਨ ਮੰਤਰੀ ਨੂੰ ਲਿਖਾਂ ਵੀ ਆਹ ਘੱਟੋ ਘੱਟ ਇਸ ਪੈਸੇ ਦੀ ਜਾਂਚ ਤਾਂ ਕਰਾਓ। ਕੇਂਦਰ ਸਰਕਾਰ ਨੂੰ ਯਾਦ ਚੇਤੇ ਨਹੀਂ ਹੋਣਾ ਪਰ ਕਿਸਾਨ ਵਾਸਤੇ ਆ ਜਿਹੜਾ 2-3 ਹਜ਼ਾਰ ਕਰੋੜ ਰੁਪਏ ਦਾ ਰਗੜਾ ਉਹਨਾਂ ਦੇ ਲੱਗਿਆ, ਉਹਦਾ ਹਿਸਾਬ ਤਾਂ ਕੋਈ ਕਰੇ। ਪਰ ਫਿਰ ਇਹਦੇ ਵਿੱਚੋਂ ਬਹੁਤ ਸਾਰੇ ਗੂੰਜਲਾਂ ਸਾਹਮਣੇ ਆ ਜਾਂਦੀਆਂ, ਕੋਈ ਫੈਡਰਲਿਜ਼ਮ ਦਾ ਚੱਕਰ ਆਊਗਾ, ਕੋਈ ਹੋਰ ਆਊਗਾ, ਪਰ ਮਨ ਲੱਗਦਾ ਹੈ ਵੀ ਆਪਾਂ ਆਪ ਆਪਣੇ ਹੱਕਾਂ ਦੇ ਉੱਤੇ ਪਹਿਰਾ ਦੇਈਏ, ਉਹ ਸਭ ਤੋਂ ਵਧੀਆ ਹੋਊਗਾ। ਜੈ ਹਿੰਦ।